ਤੁਸੀਂ ਦੱਸੋ? ਮੈਂ ਵੀ ਬਹੁਤ ਵਧੀਆ ਤੇ ਤੁਸੀਂ ਹਮੇਸ਼ਾ ਦੀ ਤਰ੍ਹਾਂ ਬਹੁਤ ਸੋਹਣੇ ਲੱਗ ਰਹੇ ਹੋ। ਥੈਂਕ ਯੂ ਸੋ ਮੱਚ। ਤੇ ਇਹ ਸੋਹਣੇ ਜਿਹੇ ਫਲਾਵਰਸ ਮੈਂ ਤੁਹਾਡੇ ਲਈ ਲੈ ਕੇ ਆਈ ਆ। ਥੈਂਕ ਯੂ। ਥੈਂਕ ਯੂ। ਕਿਵੇਂ ਲੱਗੇ ਤੁਹਾਨੂੰ? ਬਹੁਤ ਸੋਹਣੇ ਆ, ਬਹੁਤ ਵਧੀਆ ਲੱਗ ਰਿਹਾ। ਥੈਂਕ ਯੂ ਸੋ ਮੱਚ। ਥੈਂਕ ਯੂ ਸੋ ਮੱਚ। ਯੂ ਨੋ ਨਿਮਰਤ, ਆਈ ਲਵ ਤੁਹਾਡੇ ਸੂਟਸ ਵਾਲੀ ਸਾਰੀ ਕਲੈਕਸ਼ਨਸ। ਤੇ ਮਤਲਬ ਤੁਸੀਂ ਆਪ ਡਿਜ਼ਾਈਨ ਕਰਦੇ ਹੋ ਜਾਂ ਫਿਰ ਤੁਹਾਡੀ ਟੀਮ ਡਿਸਾਈਡ ਕਰਦੀ ਹੈ? ਜ਼ਿਆਦਾਤਰ ਤਾਂ ਮੈਂ ਖੁਦ ਡਿਸਾਈਡ ਕਰਦੀ ਹਾਂ। ਓਕੇ। ਬ੍ਰਾਊਨ ਵੋਗ ਆ ਮੇਰੀ ਸਿਸਟਰ ਦਾ, ਉਹ ਡਿਜ਼ਾਈਨ ਕਰਦੀ ਹੈ। ਓਕੇ ਜੀ। ਤੇ ਤੁਸੀਂ ਹੁਣ ਸਿੰਗਿੰਗ ਤੇ ਐਕਟਿੰਗ ਦੇ ਨਾਲ ਨਾਲ ਕਿਤੇ ਹੁਣ ਡਿਜ਼ਾਈਨਰ ਤਾਂ ਨਹੀਂ ਬਣ ਜਾਣਾ? ਨਹੀਂ, ਬਿਲਕੁਲ ਵੀ ਨਹੀਂ। ਸਿੰਗਿੰਗ ਤਾਂ ਆਲਰੇਡੀ ਚੱਲ ਰਹੀ ਹੈ, ਨਵੀਂ ਨਵੀਂ ਐਕਟਿੰਗ ਸ਼ੁਰੂ ਹੋਈ ਆ, ਬਸ ਆਹੀ ਕਾਫੀ। ਹਾਂਜੀ। ਤੇ ਕੁੜੀਆਂ ਵੈਸੇ ਜ਼ਿਆਦਾ ਟਾਈਮ ਲਾਉਂਦੀਆਂ ਰੈਡੀ ਹੋਣ 'ਚ, ਤੁਸੀਂ ਕਿੰਨਾ ਟਾਈਮ ਲਾਉਂਦੇ ਹੋ? ਸਿਰਫ 10 ਜਾਂ 15 ਮਿੰਟ ਮੈਕਸੀਮਮ। ਬਸ ਇੰਨਾ ਜਿਹਾ ਟਾਈਮ? ਤਾਂ ਇੰਨੇ ਸੋਹਣੇ ਲੱਗਦੇ ਤੁਸੀਂ। ਓਕੇ, ਵਟ ਯੂ ਲਾਈਕ ਇਨ ਗਿਫਟ, ਫਲਾਵਰ ਜਾਂ ਸੂਟਸ ਪਸੰਦ ਨੇ ਤੁਹਾਨੂੰ? ਸੂਟਸ। ਸੂਟਸ ਪਸੰਦ ਨੇ? ਓਕੇ। ਅਤੇ ਮਤਲਬ ਮੈਂ ਤੁਹਾਡੇ ਮੇਲ ਫੈਨਸ ਜਿਹੜੇ ਵੀ ਤੁਹਾਨੂੰ ਦੇਖ ਰਹੇ ਹਾਂ ਉਹਨਾਂ ਨੂੰ ਕਹਿ ਦਿੰਦੀ ਹਾਂ ਵੀ ਨਿਮਰਤ ਨੂੰ ਸੂਟਸ ਗਿਫਟਸ ਬਹੁਤ ਪਸੰਦ ਨੇ, ਅਤੇ ਉਹਨਾਂ ਨੂੰ ਠੀਕ ਹੈ, ਨਿਮਰਤ ਨੂੰ ਸੂਟ ਗਿਫਟ ਕਰਿਆ ਕਰੋ। ਨਿਮਰਤ, ਬਹੁਤ ਘੱਟ ਹੁੰਦਾ ਕਿ ਯੂ ਨੋ ਤੁਸੀਂ ਮਤਲਬ, ਮੈਨੂੰ ਤਾਂ ਕਦੇ ਨਹੀਂ ਦੇਖਿਆ ਬਿਨਾਂ ਸੂਟ ਤੋਂ ਤੁਹਾਨੂੰ। ਮਤਲਬ ਤੁਸੀਂ ਕਦੇ ਟਰਾਈ ਨਹੀਂ ਕੀਤਾ ਵੀ ਵੈਸਟਰਨ ਪਾਈਏ ਜਾਂ ਸੂਟ ਹੀ? ਕੀ ਕੁਛ ਇੱਕ ਅੱਧੀ ਵੀਡੀਓ 'ਚ ਜ਼ਰੂਰ ਟਰਾਈ ਕਰਦੀ ਹਾਂ ਮੈਂ, ਬਟ ਜ਼ਿਆਦਾਤਰ ਮੈਨੂੰ ਸੂਟ ਪਸੰਦ ਨੇ ਅਤੇ ਤਾਂ ਕਰਕੇ ਜ਼ਿਆਦਾ ਸੂਟ ਪਾਉਂਦੀ। ਓਕੇ। ਰੈਂਕ 5 ਫੀਮੇਲ ਸਿੰਗਰਸ ਇੰਕਲੂਡਿੰਗ ਯੂ। ਜੀ। ਆਹ ਤਾਂ ਬਹੁਤ ਔਖਾ ਕੰਮ ਹੈ। ਸਾਰੇ ਬਰਾਬਰ ਨੇ, ਮੈਨੂੰ ਇਸ ਚੀਜ਼ ਦੇ ਵਿੱਚ ਫਸਾਓ ਨਾ ਤੁਸੀਂ, ਰੈਂਕ ਨਹੀਂ ਕਰ ਸਕਦੀ। ਸਾਰੇ ਨੰਬਰ 1 ਨੇ, ਸੁਨੰਦਾ, ਗਗਨ ਅਨਮੋਲ, ਜੈਨੀ, ਕੌਰਬੀ, ਮੈਂ, ਹੋਰ ਵੀ ਜਿੰਨੀਆਂ ਫੀਮੇਲ ਆਰਟਿਸਟ ਨੇ, ਸਾਰੀਆਂ ਨੰਬਰ 1 ਹੈ, ਕਿਉਂਕਿ ਕੁੜੀਆਂ ਹੁੰਦੀਆਂ ਨੰਬਰ 1। ਯਾ, ਇਹ ਤਾਂ ਗੱਲ ਤੁਹਾਡੀ ਬਿਲਕੁਲ ਸਹੀ ਹੈ। ਅਤੇ ਨਿਮਰਤ, 1 ਥਿੰਗ ਆਫ ਚਾਈਲਡਹੁੱਡ ਦੈਟ ਯੂ ਮਿਸ, ਬਚਪਨ ਦੀ ਕਿਹੜੀ ਚੀਜ਼ ਸਭ ਤੋਂ ਜ਼ਿਆਦਾ ਯਾਦ ਆਉਂਦੀ ਹੈ? ਬਸ ਇਹੀ ਕਿ ਜਦੋਂ ਮੈਂ ਬਹੁਤ ਛੋਟੀ ਸੀਗੀ, ਹਾਂ, ਉਦੋਂ ਬਹੁਤ ਜ਼ਿਆਦਾ ਸਰਦੀਆਂ ਦਾ ਟਾਈਮ ਸੀਗਾ, ਔਰ ਮੈਂ ਔਰ ਮੇਰੇ ਮੰਮਾ ਇੰਨੀ ਸਰਦੀ ਦੇ ਵਿੱਚ ਵੀ ਸਵੇਰੇ ਸਵੇਰੇ ਮਿਊਜ਼ਿਕ ਕਲਾਸਿਸ ਲੈਣ ਜਾਂਦੇ ਹੁੰਦੇ ਸੀ ਮੇਰੇ ਘਰ। ਓਕੇ। ਤੁਹਾਨੂੰ ਜੇ ਸੂਟ ਸੌਂਗ ਅਤੇ ਬਰਾਬਰ ਬੋਲੀ ਦੇ ਵਿੱਚ ਇੱਕ ਚੂਜ਼ ਕਰਨਾ ਹੋਵੇ ਤਾਂ ਕਿਹੜਾ ਕਰੋਗੇ? ਆਈ ਥਿੰਕ ਸੂਟ। ਓਕੇ, ਸੂਟ। ਅਤੇ ਇੱਕ ਵਾਰੀ ਸੂਟ ਪਲੀਜ਼। ਸਾਡੇ ਵਰਗੇ ਜੋੜ ਕੇ ਤੇ ਲੱਭ ਨਹੀਂ ਉਹ ਹੋਣੀ, ਮੁੰਡਾ ਕੁੜੀ ਨਾਲੋਂ ਸੋਹਣਾ, ਕੁੜੀ ਮੁੰਡੇ ਨਾਲੋਂ ਸੋਹਣੀ, ਜਦੋਂ ਦੋਵੇਂ ਇਕੱਠੇ ਤੁਰਦੇ ਦੇਖ 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 ਜੋੜਾ ਸੱਜਦਾ, ਹਾਏ ਸੂਟ ਲੈ ਲੈ ਮੈਂ ਨਾ ਰੱਜਦੀ, ਮੈਨੂੰ ਵੇਖ ਵੇਖ ਜੱਟ ਨਹੀਂ ਉਹ ਰੱਜਦਾ। ਹਾਏ, ਇਹ ਗੱਲ ਤਾਂ ਨਾ ਬਹੁਤ ਸੱਚੀ ਹੈ, ਨਹੀਂ ਰੱਜਦਾ ਹੋਣਾ। ਅਤੇ ਤੁਸੀਂ ਇਹਨੇ ਸੋਫਟ ਸਪੋਕਨ ਹੋ ਰੀਅਲ ਲਾਈਫ 'ਚ, ਬਟ ਜਦ ਤੁਸੀਂ ਗਾਉਂਦੇ ਹੋ ਤਾਂ ਜੱਟੀ ਬਾਹਰ ਆ ਜਾਂਦੀ ਹੈ, ਤਾਂ ਕੀ ਰਾਜ਼ ਹੈ? ਮੈਂ ਐਨਰਜੀ ਸੇਵ ਕਰਕੇ ਰੱਖਦੀ ਹਾਂ ਗਾਉਣ ਲਈ। ਓਕੇ। ਅਤੇ ਕਿਹੜੀ ਚੀਜ਼ ਹੈ ਜਿਸ ਨੂੰ ਦੇਖਦੇ ਹੀ ਨਿਮਰਤ ਨੂੰ ਗੁੱਸਾ ਆ ਜਾਂਦਾ, ਜਾਂ ਫਿਰ ਤੁਸੀਂ ਬਹੁਤ ਜਲਦੀ ਇਰੀਟੇਟ ਹੋ ਜਾਂਦੇ ਹੋ, ਕਿਹੜੀ ਚੀਜ਼ ਹੈ ਉਹ ਜੀ? ਜਦੋਂ ਕੋਈ ਕੰਮ ਟਾਈਮ 'ਤੇ ਨਾ ਹੋਵੇ, ਕਿਸੇ ਨੇ ਟਾਈਮ ਦਿੱਤਾ ਹੋਏ ਕਿ 12:30 'ਤੇ ਕੰਮ ਕਰਨਾ, ਅਤੇ 1-2 ਵੱਜ ਜਾਣ, ਫਿਰ ਬਹੁਤ ਗੁੱਸਾ ਚੜ੍ਹਦਾ। ਓਕੇ। ਵੈਸੇ ਓਕੇ, ਅਤੇ ਨਿਮਰਤ, ਤੁਹਾਨੂੰ ਮਤਲਬ ਬਰਾਬਰ ਬੋਲੀ ਦੀ ਵੀਡੀਓ ਦੇਖੀ ਆ ਮੈਂ, ਬਹੁਤ ਸੋਹਣੀ ਵੀਡੀਓ ਸੀ, ਅਤੇ ਤੁਹਾਨੂੰ ਕਿਵੇਂ ਦਾ ਮੁੰਡਾ ਮਤਲਬ ਪਸੰਦ ਹੈ? ਕਿਹੋ ਜਿਹਾ ਮੁੰਡਾ ਚਾਹੀਦਾ, ਸੂਟ ਮਤਲਬ ਬਰਾਬਰ ਬੋਲੀ ਦਾ ਵਾਂਗੂ ਜਾਂ ਫਿਰ ਸੂਟ ਜਿਵੇਂ ਦਾ ਸੀਗਾ ਮੁੰਡਾ? ਯੈਸ। ਨਾ ਤਾਂ ਸੂਟ ਗਾਣੇ ਵਰਗਾ ਚਾਹੀਦਾ, ਨਾ ਬਰਾਬਰ ਬੋਲੀ ਵਰਗਾ ਚਾਹੀਦਾ। ਮੈਨੂੰ ਮੁੰਡਾ ਉਹ ਚਾਹੀਦਾ ਜਿਹੜਾ ਹਰ ਕੁੜੀ ਦੀ ਰਿਸਪੈਕਟ ਕਰੇ, ਸਿਰਫ ਮੇਰੀ ਨਹੀਂ, ਸਭ ਦੀ ਰਿਸਪੈਕਟ ਕਰੇ। ਓਕੇ। ਅਤੇ ਹੁਣ ਮਿਲ ਗਿਆ ਜਾਂ ਮਿਲਣਾ ਹਜੇ? ਇਹ ਮੈਂ ਤੁਹਾਨੂੰ ਕਿਉਂ ਦੱਸੂੰਗੀ? ਨਹੀਂ, ਵੈਸੇ ਚਲੋ ਆਪਣੇ ਫੈਨਸ ਨੂੰ ਦੱਸ ਦਿਓ, ਮੈਨੂੰ ਨਾ ਦੱਸੋ। ਇਹ ਨਹੀਂ ਮੈਂ ਦੱਸਾਂਗੀ। ਚਲੋ ਠੀਕ ਹੈ, ਕੋਈ ਗੱਲ ਨਹੀਂ। 1 ਬੈਡ ਹੈਬਿਟ ਯੂ ਟਰਾਇੰਗ ਟੂ ਓਵਰਕਮ। ਬੈਡ ਹੈਬਿਟ, ਆਈ ਥਿੰਕ ਇਹ ਛੋਟੀਆਂ ਛੋਟੀਆਂ ਚੀਜ਼ਾਂ 'ਤੇ ਜਿਹੜਾ ਮੈਨੂੰ ਗੁੱਸਾ ਆਉਂਦਾ ਕਿ ਕਿਸੇ ਨੇ ਟਾਈਮ ਦਿੱਤਾ ਆ ਕਿ 9 ਵਜੇ ਪਹੁੰਚਣਾ, ਮੈਨੂੰ ਹੁੰਦਾ ਕਿ ਬਸ 1 ਮਿੰਟ ਵੀ ਮੈਂ ਲੇਟ ਨਾ ਹੋਵਾਂ, ਇਸ ਕਰਕੇ ਮੇਰੀ ਕਦੀ ਕਦੀ ਆਪਦੀ ਟੀਮ ਦੇ ਨਾਲ ਥੋੜ੍ਹੀ ਬਹੁਤੀ ਮਤਲਬ ਟਾਈਮ ਦੇ ਪੰਚੂਅਲ ਹੋ ਬਹੁਤ ਜ਼ਿਆਦਾ। ਓਕੇ। ਅਤੇ ਜਦ ਵੈਸੇ ਤੁਸੀਂ ਕਦੇ ਗੁੱਸਾ ਹੁੰਦੇ ਹੋ, ਨਾਰਾਜ਼ ਹੁੰਦੇ ਹੋ? ਬਹੁਤ ਘੱਟ ਆ, ਬਟ ਜਦ ਹੋਵਾਂ ਉਦੋਂ ਬਹੁਤ ਜ਼ਿਆਦਾ ਹੁੰਦੀ।
ਤੇ ਮਤਲਬ ਜਦੋਂ ਤੁਸੀਂ ਗੁੱਸਾ ਹੋ ਕਿਸੇ ਗੱਲ ਤੋਂ ਜਾਂ ਕਿਸੇ ਗੱਲ ਤੋਂ ਨਾਰਾਜ਼ ਹੋ ਕਿਸੇ ਤੋਂ ਤਾਂ ਤੁਹਾਨੂੰ ਕਿਵੇਂ ਮਨਾਉਣਾ ਚਾਹੀਦਾ ਹੈ? ਸੌਰੀ ਕਹਿ ਦਿਓ। ਓਕੇ, ਤੁਸੀਂ ਮੰਨ ਜਾਓਗੇ ਬਹੁਤ ਜਲਦੀ, ਭਾਵੇਂ ਜਿੰਨੇ ਮਰਜ਼ੀ ਗੁੱਸੇ 'ਚ ਹੋ, ਬਸ ਕੋਈ ਆ ਕੇ ਸੌਰੀ ਕਹਿ ਦੇ। ਓਕੇ, ਵੈਰੀ ਨਾਈਸ। ਚਲੋ ਹੁਣ ਮਤਲਬ ਪਤਾ ਤਾਂ ਚੱਲ ਗਿਆ ਵੀ ਨਿਮਰਤ ਕਿਵੇਂ ਮੰਨ ਜਾਂਦੀ ਹੈ ਇੱਕ ਸੌਰੀ ਕਹਿ ਕੇ। ਹੁਣ ਸਾਡੀ ਆ ਗਈ ਹੈ, ਤੁਸੀਂ ਚੂਜ਼ ਕਰਨਾ ਹੈ ਦੋਵਾਂ ਵਿੱਚੋਂ ਇੱਕ। ਜੇ ਤੁਸੀਂ ਚੂਜ਼ ਕਰਨਾ ਹੋਵੇ ਲਾਹੌਰੀਏ ਜਾਂ ਅਫਸਰ ਵਿੱਚੋਂ ਤਾਂ ਕੀ? ਅਫਸਰ ਅਫਸਰ ਅਫਸਰ। ਅਮਰਿੰਦਰ ਗਿੱਲ ਜਾਂ ਤਰਸੇਮ ਜੱਸਰ? ਤਰਸੇਮ ਜੱਸਰ। ਇਸ਼ਕ ਕਚਹਿਰੀ ਦੁਬਈ ਵਾਲਾ ਸ਼ੇਖ? ਦੁਬਈ ਵਾਲੇ ਸ਼ੇਖ। ਪੰਜਾਬੀ ਜੁੱਤੀ ਔਰ ਹੀਲ? ਪੰਜਾਬੀ ਜੁੱਤੀ। ਕੌਰ ਵੀ ਸੁਨੰਦਾ ਸ਼ਰਮਾ? ਇੱਥੇ ਫਸਾ ਤਾ ਤੁਸੀਂ ਮੈਨੂੰ, ਦੋਨੋਂ ਮੇਰੀਆਂ ਸਹੇਲੀਆਂ ਨੇ ਦੋਨੋਂ ਹੀ। ਓਕੇ, ਨੀਰੂ ਬਾਜਵਾ ਸਿਮੀ ਚਹਿਲ? ਆ ਫਿਰ ਨੀਰੂ ਬਾਜਵਾ ਬਹੁਤ ਫੇਵਰੇਟ ਹੈ ਮੇਰੇ ਔਰ ਸਿਮੀ ਮੇਰੀ ਬਹੁਤ ਕਲੋਜ਼ ਫਰੈਂਡ ਆ ਦੋਨੋਂ। ਓਕੇ, ਵੈਜੀਟੇਰੀਅਨ ਔਰ ਨੋਨ ਵੈਜੀਟੇਰੀਅਨ? ਵੈਜੀਟੇਰੀਅਨ। ਓਕੇ, ਭੰਗੜਾ ਜਾਂ ਗਿੱਧਾ? ਗਿੱਧਾ। ਓਕੇ, ਤੁਸੀਂ ਕਦੇ ਪਾਇਆ ਗਿੱਧਾ? ਨਹੀਂ। ਦੇਖਣਾ ਸੋਹਣਾ ਲੱਗਦਾ। ਅਤੇ ਤੁਸੀਂ ਕਦੇ ਆਪਣੇ ਕਿਸੇ ਵੀ ਵੀਡੀਓ 'ਚ ਕਰੋਂਗੇ ਗਿੱਧਾ? ਮੈਨੂੰ ਆਉਂਦਾ ਨਹੀਂ ਆ ਬਟ ਮੈਂ ਟਰਾਈ ਕਰਾਂਗੀ। ਓਕੇ, ਨੈਕਸਟ ਰਾਊਂਡ ਸਟਾਰਟ ਕਰਦੇ ਹਾਂ, ਤੁਸੀਂ ਇੱਕ ਵਰਡ 'ਚ ਆਨਸਰ ਦੇਣਾ। 5 ਬੈਸਟ ਥਿੰਗਸ ਇਨ ਨਿਮਰਤਸ ਵਾਰਡਰੋਬ ਕਿਹੜੀਆਂ ਕਿਹੜੀਆਂ ਨੇ? 5 ਬੈਸਟ ਥਿੰਗਸ, ਮੇਰੇ ਕੋਲ ਸੂਟ ਹੀ ਆ, ਸੂਟ ਸਾਰੇ ਹੀ ਸੋਹਣੇ ਆ, ਉਹੀ ਉਹੀ ਬੈਸਟ ਚੀਜ਼ ਆ। ਓਕੇ, ਲਾਸਟ ਕਾਲ ਡਾਇਲਡ? ਪ੍ਰਭਦੀਪ। ਓਕੇ, ਜੇ ਤੁਸੀਂ ਇਸ ਇੰਡਸਟਰੀ ਤੋਂ ਨਾ ਹੁੰਦੇ ਤਾਂ ਕਿਸੇ ਪੰਜਾਬੀ ਸਿੰਗਰ ਨੂੰ ਤੁਸੀਂ ਫੈਂਟਸਾਈਜ਼ ਕਰਦੇ ਕਿ ਮੈਂ ਤਾਂ ਇਹਦੇ ਨਾਲ ਹੀ ਵਿਆਹ ਕਰਾਉਣਾ? ਟਿਪੀਕਲ ਪੰਜਾਬੀ ਗਰਲ, ਲਾਈਕ ਇੱਕ ਪੰਜਾਬੀ ਐਜ਼ ਅ ਵਿਊਅਰ ਕਰਕੇ, ਲਾਈਕ ਕੁੜੀਆਂ ਨੂੰ ਬਹੁਤ ਪਸੰਦ ਨੇ ਨਾ ਪੰਜਾਬੀ ਸਿੰਗਰਸ, ਅਤੇ ਜੇ ਤੁਸੀਂ ਇੱਕ ਆਮ ਕੁੜੀ ਦੇ ਵਾਂਗੂ ਸੋਚੋ ਤਾਂ ਕਿਹਨੂੰ ਤੁਸੀਂ ਕਰਦੇ? ਹੁਣ ਜੇ ਮੈਂ ਨਾਮ ਲਵਾਂਗੀ ਨਾ ਫਿਰ ਉਹ ਕੈਪਸ਼ਨ ਪਏਗਾ ਨਿਮਰਤ ਖਹਿਰਾ ਨੇ ਕਿਹਾ, ਇਸ ਕਰਕੇ ਮੈਂ ਕਿਸੇ ਦਾ ਨਾਮ ਨਹੀਂ ਲੈਣਾ। ਓਕੇ, ਚਲੋ ਬਾਲੀਵੁੱਡ 'ਚ ਐਕਟਰਸ ਜਾਂ ਐਕਟਰ ਦੱਸ ਦਿਓ ਕਿਹੜੇ ਪਸੰਦ ਨੇ ਤੁਹਾਨੂੰ? ਬਾਲੀਵੁੱਡ 'ਚ ਮੈਨੂੰ ਦੀਪਿਕਾ ਪਾਦੂਕੋਨ, ਕਰੀਨਾ ਕਪੂਰ ਬਹੁਤ ਪਸੰਦ ਨੇ, ਔਰ ਐਕਟਰਸ 'ਚ ਸ਼ਾਹਰੁਖ ਖਾਨ ਬਹੁਤ ਪਸੰਦ। ਓਕੇ, ਅਤੇ ਨਿਮਰਤ ਮੈਨੂੰ ਤੁਹਾਡੇ ਨਾਲ ਗੱਲ ਕਰਕੇ ਨਾ ਬਹੁਤ ਮਜ਼ਾ ਆਇਆ, ਤੁਸੀਂ ਬਹੁਤ ਜ਼ਿਆਦਾ ਸਵੀਟ ਹੋ, ਥੈਂਕ ਯੂ ਸੋ ਮਚ ਸਾਡੇ ਨਾਲ ਗੱਲ ਕਰਨ ਲਈ, ਹੋਪ ਤੁਹਾਨੂੰ ਛੇਤੀ ਛੇਤੀ ਜਲਦੀ ਮਿਲਾਂਗੇ। ਸਤਿ ਸ਼੍ਰੀ ਅਕਾਲ, ਥੈਂਕ ਯੂ।